साहब हाँ जी एक मिनट आया हाँ जी महाराज ए पेड़ा तो आटियां नहीं केड़ियां जी जानियां चिट्टियां के कालियां जी ए भी को फर्क है हाँ जी फर्क तो फिर होंदे ही है जी अच्छा अच्छा हाँ जी ए चिट्टियां पेड़ा की दियां चिट्टियां तो मेरियां जी ते कालियां कालियां अब ਉਹੀ ਹੈ ਤਾਂ ਮੇਰੀਆਂ ਹੀ ਹੈ ਜੀ ਕਿਸੇ ਦੀਆਂ ਥੋੜੇ ਚਾਰ ਹੁੰਦੀਆਂ ਜੀ ਅੱਛਾ ਜੀ ਇਹ ਦੱਸੋ ਵੀ ਭੇਡਾਂ ਇੱਕ ਦਿਨ ਚ ਕਿੰਨਾ ਚਾਰਾ ਚਰ ਲੈਂਦੀਆਂ ਨੇ ਚਾਰਾ ਯਾਨੀ ਕਿੰਨਾ ਦਾ ਪੁੱਛਦੇ ਆ ਚਿੱਟੀਆਂ ਦਾ ਕਾਲੀਆਂ ਜੀ ਚਿੱਟੀਆਂ ਦਾ ਦੱਸੋ ਕਿੰਨਾ ਚਾਰਾ ਚਰਦੀਆਂ ਨੇ ਜਿਹੜੀਆਂ ਚਿੱਟੀਆਂ ਹੈ ਨਾ ਜੀ ਚਿੱਟੀਆਂ ਦਾ ਤੁਸੀਂ ਯਾਨੀ ਹਿਸਾਬ ਲਾ ਲਓ ਜੀ 12-13 ਕਿਲੋ ਚਰ ਲੈਂਦੀਆਂ ਦਿਹਾੜੀ ਦਾ ਤੇ ਕਾਲੀਆਂ ਉਹਨੇ ਜੀ 12-13 ਕਿਲੋ ਹੀ ਚਰ ਲੈਂਦੀਆਂ ਇਹ ਦੱਸੋ ਵੀ ਦੁੱਧ ਕਿੰਨਾ ਕੁ ਦੇ ਦਿੰਦੀਆਂ ਦੁੱਧ ਜਾਣੀ ਚਿੱਟੀਆਂ ਦਾ ਪੁੱਛਦੇ ਤੁਸੀਂ ਕਿ ਕਾਲੀਆਂ ਦਾ ਜੀ ਚਿੱਟੀਆਂ ਕਿੰਨਾ ਦੁੱਧ ਦਿੰਦੀਆਂ ਜਿਹੜੀਆਂ ਚਿੱਟੀਆਂ ਜੀ ਇਹ ਤਾਂ ਤੁਸੀਂ ਹਿਸਾਬ ਲਾ ਲਓ ਜੀ ਜਾਣੀ 8-10 ਕਿਲੋ ਦੁੱਧ ਚੋਲੀ ਦਾ ਜੀ ਅੱਛਾ ਤੇ ਕਾਲੀਆਂ ਕਾਲੀਆਂ ਜਿਹੜੀਆਂ ਉਹੀ ਜੀ 8-10 ਕਿਲੋ ਜੀ ਖੈਰ ਛੱਡੋ ਇਹ ਦੱਸੋ ਵੀ ਉਹਨ ਕਿੰਨੀ ਕੁ ਲੈ ਜਾਂਦੀ ਆ ਪੇਟ ਤੋਂ ਤੁਸੀਂ ਹੁਣ ਕਾਲੀਆਂ ਦਾ ਪੁੱਛਦੇ ਕਿ ਚਿੱਟੀਆਂ ਦਾ ਜੀ ਦੋਵਾਂ ਦਾ ਦੱਸ ਦਿਓ ਨਹੀਂ ਫਿਰ ਸਾਹਿਬ ਅੱਡਾ ਡਿਆ ਨਾ ਜੀ ਦੋਵਾਂ ਦਾ ਕਿੱਦਾਂ ਦੱਸਦੀ ਹੈ ਜੀ ਤੁਸੀਂ ਚਿੱਟੀਆਂ ਦੀ ਦੱਸ ਦਿਓ ਕਿੰਨੀਆਂ ਚਿੱਟੀਆਂ ਜਿਹੜੀਆਂ ਜੀ ਇਹਨਾਂ ਤੋਂ ਤਾਂ ਜਾਣੀ ਆਪਾਂ 1.5-2 ਕਿਲੋ ਲਾ ਲਈ ਦੀ ਸ਼ੇ ਵੀ ਨਹੀਂ ਅੱਛਾ ਤੇ ਕਾਲੀਆਂ ਤੋਂ ਕਾਲੀਆਂ ਤੋਂ 1.5-2 ਕਿਲੋ ਇਹਨਾਂ ਤੋਂ ਲੱਗ ਜਾਂਦੀ ਹੈ ਜੀ ਮੈਨੂੰ ਸਮਝ ਨਹੀਂ ਆਉਂਦੀ ਜੇ ਦੋਵਾਂ ਦਾ ਸਭ ਕੁਝ ਇੱਕੋ ਜਿਹਾ ਤੇ ਫਿਰ ਫਰਕ ਕੀ ਹੈ ਫਰਕ ਤਾਂ ਫਿਰ ਹੁੰਦਾ ਹੀ ਹੈ ਜੀ ਉਦਾਂ ਕਿੱਦਾਂ ਜੀ ਫਿਰ ਕੀ ਫਰਕ ਹੈ ਦੇਖੋ ਜੀ ਪਹਿਲਾ ਫਰਕ ਤਾਂ ਇਹੀ ਆ ਕਿ ਉਹ ਚਿੱਟੀਆਂ ਤੇ ਉਹ ਕਾਲੀਆਂ ਜੀ ਬਸ ਇਹੀ ਫਰਕ ਹੈ ਨਾ ਹੋਰ ਫਰਕ ਇਹ ਹੈ ਕਿ ਜਿਹੜੀਆਂ ਚਿੱਟੀਆਂ ਨੇ ਜੀ ਇਹ ਸਾਡੇ ਬਾਪੂ ਨੇ ਪਾਲੀਆਂ ਜੀ ਅੱਛਾ ਤੇ ਕਾਲੀਆਂ ਕਾਲੀਆਂ ਜਿਹੜੀਆਂ ਪਾਲੀਆਂ ਤੋਂ ਵੀ ਬਾਪੂ ਨੇ ਹੀ ਮੇਰਾ ਜੀ ਕਰਦਾ ਮੈਂ ਗੋਲੀ ਮਾਰ ਦਿੱਤੀ ਤੇਰੀਆਂ ਪੇਟਾਂ ਨੂੰ ਕਿਹੜੀਆਂ ਨੂੰ ਜੀ ਕਾਲੀਆਂ ਨੂੰ ਕਿ ਚਿੱਟੀਆਂ ਨੂੰ ਜੀ ਕਾਟਾ ਪਾਉਂਦੀ।